वेलकम आई थोड़ा सारे का अपने एक होर नवे तो फ्रैश ब्लॉग के अज का ब्लॉग जिम्मे थोड़ा थंबनेल तो टाइटल तो पता लग ही गया होगा भी कि चीज़ पर होने वाला गा तो अज आप आए हैं बई नूर को सारे ना पहले तो आप बई ना बुलाने जिन्हें की शॉप आ क्या बई की शॉप आ थो हम अंदर लैके चलते हैं तो तुम चैक कर सकते हो बहुत ही ज़्यादा म्यूजिक सिस्टम पे है तो सारे थोनों अज ओवरव्यू देवे आप ਸਾਰਿਆਂ ਨੂੰ ਤੇ ਬਾਈ ਆਪਣੀ ਦੁਕਾਨ ਦਾ ਨੇਮ ਦੱਸਿਓ ਇੱਕ ਵਾਰੀ ਆਪਣੇ ਵੀਰੇ ਦੁਕਾਨ ਦਾ ਨੇਮ ਹੈਗਾ ਨੂਰ ਮਿਊਜ਼ਿਕ ਸਿਸਟਮ ਤੇ ਬਾਈ ਕਿੱਥੇ ਕ ਪੈ ਜਾਂਦੀ ਹੈ ਦੁਕਾਨ ਆਪਣੀ ਤੇ ਵੀਰੇ ਮਰੇਕ ਕੋਲ ਪੈਂਦਾ ਕੋਕ ਕੋਲ ਬਾਈ ਦੀ ਦੁਕਾਨ ਪੈ ਜਾਂਦੀ ਹੈ
ਕਿ ਆਹ ਭਾਈ ਇਹ 10 ਇੰਚੀ ਸਪੀਕਰ ਹੈਗਾ ਇਹ 10 ਇੰਚੀ ਸਪੀਕਰ ਨੇ ਇਹ ਯਾਨੀ ਕਿ ਦੋ ਸਪੀਕਰ ਪਲੱਸ ਆਪਣਾ ਐਂਪਲੀਫਾਇਰ ਕਿਹੜਾ ਹੁੰਦਾ ਗਾ ਜੀ ਇਹਦੇ ਚ ਦੋ ਤਰ੍ਹਾਂ ਐਂਪਲੀਫਾਇਰ ਲੱਗਦੇ ਨੇ ਹਾਂਜੀ ਇਹ ਤਾਂ ਆ ਵਾਲਾ ਆਪਣਾ ਐਂਪਲੀਫਾਇਰ ਹੈਗਾ ਤੇ ਭਾਈ ਜੀ ਇਹਦੇ ਕੀ ਖਾਸੀਅਤ ਹੈ ਕਿ ਇਹ ਜੀ ਵੀ ਇਹ 10 ਇੰਚੀ ਆਪਣਾ ਸੋਹਣੀ ਆਵਾਜ਼ ਦੀ ਆਵਾਜ਼ ਨਹੀਂ ਫੜਦੀ 72 ਚੰਨ ਮੈਂ ਆਈ ਸੀ ਲੱਗੇ ਦੇ ਵਿੱਚ ਠੀਕ ਹੈ ਜੀ ਇਹ ਆਪਣੀ ਕਾਸਟ ਕਰਦਾ 1000 ਰੁਪਏ ਦੇ ਵਿੱਚ ਵਿੱਚ ਪਲੱਸ ਦੋ ਸਪੀਕਰ 10 ਇੰਚੀ ਆਪਣੇ ਤੇ ਐਂਪਲੀਫਾਇਰ ਤੇ ਭਾਈ ਫਿੱਟ ਵੀ ਕਰ ਦੋਗੇ ਹਾਂਜੀ ਹਾਂਜੀ ਵੀਰੇ ਫਿਟਿੰਗ ਵੀ ਕਰ ਦੇਣਗੇ ਤੇ ਫਿਟਿੰਗ ਵੀ ਕਰ ਦੇਣਗੇ ਤੇ ਜਿੱਦਾਂ ਨਾ ਆਪਣੇ ਦੋ 10 ਇੰਚੀ ਸਪੀਕਰ ਜਿੱਦਾਂ ਬਾਕਸਿਆਂ ਚ ਆਉਂਦੇ ਆ ਜੇ ਕਿਸੇ ਨੂੰ ਇਹ ਮਤਲਬ ਵੀ ਫਿਕਸ ਬਾਕਸ ਚਾਹੀਦੇ ਹੈਗੇ ਜਿਹੜਾ ਕਿ ਆਪਣਾ ਅੱਜ ਕੱਲ੍ਹ ਬਾਹਲਾ ਚੱਲਦਾ ਗਾ ਯੂ ਦੇ ਉੱਤੇ ਫਿੱਟ ਹੋ ਜਾਂਦਾ ਗਾ ਤੇ ਉਹ ਵੀ ਬਾਈ ਉਹਨਾਂ ਕੋਲੇ ਅਵੇਲੇਬਲ ਆ ਜਾਣੀ ਕਿ ਇਹਦੇ ਵਿੱਚ ਹੀ ਐਂਪਲੀਫਾਇਰ ਫਿੱਟ ਹੋ ਜਾਂਦਾ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਤੇ ਇਹਦੇ ਵਿੱਚ ਦੋ 에ਅਰ ਪੈਪਾਂ ਲੱਗ ਜਾਂਦੀਆਂ ਨੇਗੀਆਂ ਤੇ ਦੋ ਟਵੀਟਰ ਲੱਗ ਜਾਂਦੇ ਆ ਤੇ ਦੋ 10 ਇੰਚੀ ਸਪੀਕਰ ਲੱਗ ਜਾਂਦੇ ਹੈਗੇ ਤੇ ਬਾਈ ਉਹਨਾਂ ਦੀ ਆਵਾਜ਼ ਕਿੱਦਾਂ ਆਉਂਦੀ ਹੈ ਜਾਨੀ ਕਿ ਬੇਸ ਤੇ ਟ੍ਰੈਵਲ ਮਿਕਸ ਹੀ ਆਉਂਦੀ ਹੈ ਵਿੱਚ ਹਾਂਜੀ ਵੀਰੇ ਸੋਹਣੀ ਵੀਰੇ ਆਵਾਜ਼ ਹੁੰਦੀ ਹੈ ਦੀ ਤੇ ਮਿੱਠੀ ਜੀ ਬੇਸ ਹੁੰਦੀ ਆ ਬਸ ਮਿੱਠੀ ਆਵਾਜ਼ ਬੇਸ ਹੀ ਹੁੰਦੀ ਆ ਬਾਈ ਜਿੱਦਾਂ ਨਾ ਆਪਣੇ ਦੋ ਸਪੀਕਰ ਆ ਗਏ ਇਹ ਇਸ ਤੋਂ ਬਾਅਦ ਜਿਹੜੇ ਆ ਗਏ ਇਹ ਆਪਣੇ ਬੂਫਰ ਆ ਗਏ ਜੀ ਹਾਂਜੀ ਵੀਰੇ ਸਬਵੂਫਰ ਆ ਗਏ ਆਪਣੇ ਇਹ ਸਬਵੂਫਰ ਨੇ ਹਾਂਜੀ ਇਹ 12 ਇੰਚੀ ਸਬਵੂਫਰ ਨੇ ਜਾਨੀ ਕਿ 12 ਇੰਚੀ ਦੋ ਸਬਵੂਫਰ ਪਲੱਸ ਕਿੰਨੇ ਸਪੀਕਰ ਲੱਗ ਦਿੰਦੇ ਹੋ ਬਾਈ ਤੁਸੀਂ ਪੰਜ ਸਪੀਕਰ ਦੋ ਟਵੀਟਰ ਇਹਦੇ ਚ ਆਪਣੇ ਸਮਝ ਲਓ ਤੁਸੀਂ ਪੰਜ ਸਪੀਕਰ ਹੁੰਦੇ ਆ ਦੋ ਸਾਈਡਾਂ ਤੇ ਇੱਕ ਵਿਚਾਲੇ ਹੁੰਦਾਗਾ ਦੋ ਇਧਰਲੀ ਸਾਈਡ ਦੋ ਉਧਰਲੀ ਸਾਈਡ ਤੇ ਇੱਕ ਵਿਚਾਲੇ ਇਹ ਆਪਣੇ 6 ਇੰਚੀ ਸਪੀਕਰ ਹੁੰਦੇ ਆਗੇ ਤੇ ਬਾਕੀ ਦੋ 12 ਇੰਚੀ ਬੂਫਰ ਨੇ ਤੇ ਇਹਨਾਂ ਨੂੰ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾਉਨੇ ਆ ਹੁਣ ਤੇ ਆ ਆਪਣਾ 12 ਇੰਚੀ ਵਾਲਾ ਸੈੱਟ ਹੈਗਾ ਇਹਦੇ ਚ ਦੋ ਸਬਵੂਫਰ ਨੇ 12 ਇੰਚੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਆ ਇਹਦਾ ਐਂਪਲੀਫਾਇਰ ਆ ਤੁਸੀਂ ਵਿੱਚੋਂ ਵੀ ਦੇਖ ਸਕਦੇ ਹੋਗੇ ਸਾਰਾ ਕੁਝ ਤੇ ਇਹਦੇ ਚ ਬਾਈ ਐਂਪ ਇਹ ਜਾਨੀ ਕਿ ਆਪਾਂ ਆਪ ਹੀ ਤਿਆਰ ਕਰਦੇ ਆ ਸਾਰਾ ਕੁਝ ਹਾਂਜੀ ਹਾਂਜੀ ਵੀਰੇ ਸਾਰਾ ਆਪਣਾ ਹੈਂਡਮੇਡ ਤਿਆਰ ਕੀਤਾ ਹੁੰਦਾ ਵਾ ਜਿੱਦਾਂ ਕਿ ਮਤਲਬ ਨੀਚੋਂ ਜਿੱਦਾਂ ਕਿ ਆ ਪਲੇਟਿੰਗ ਵਗੈਰਾ ਹੋ ਗਈ ਸਾਰਾ ਕੁਝ ਆਪਣਾ ਹੀ ਹੈਗਾ ਜਿੱਦਾਂ ਮਦਰਬੋਰਡ ਹੋ ਗਿਆ ਸਾਰਾ ਆਪਣਾ ਵੀਰੇ ਆਪਣਾ ਸਾਰਾ ਹੱਥੀ ਅਸੈਂਬਲ ਕੀਤਾ ਹੋਇਆ ਹੈ ਹੱਥੀ ਅਸੈਂਬਲ ਹੁੰਦੀ ਆ ਵੀ ਇਹਦਾ ਗਰਮ ਇਹਦੀ ਹੀਟ ਸੋਕਣ ਨੂੰ ਠੀਕ ਹੈ ਜੀ ਤੇ ਇਧਰੋਂ ਤੁਸੀਂ ਚੈੱਕ ਕਰ ਸਕਦੇ ਹੋ ਮੂਹਰੋਂ ਐਂਪਲੀਫਾਇਰ ਨੂੰ ਤੇ ਇੱਥੇ ਤਿੰਨ ਆਪਣੇ ਕੋਲੇ ਵੋਲਿਊਮ ਬਟਨ ਨੇਗੇ ਇੱਕ ਹੈਗਾ ਵੋਲਿਊਮ ਵਾਲਾ ਇੱਕ ਬੇਸ ਵਾਲਾ ਇੱਕ ਟ੍ਰੈਵਲ ਵਾਲਾ ਤੇ ਬਾਕੀ ਇਧਰ ਆ ਕਾਰਡ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਆਪਾਂ ਪੈਨ ਡਰਾਈਵ ਵੀ ਲਾ ਸਕਦੇ ਹਾਂ ਆਪਸ਼ਨ ਤੇ ਬਲੂਟੁੱਥ ਵੀ ਆ ਇੰਚੀ ਦੀ ਆਵਾਜ਼ ਸੁਣ ਲਈ ਤੇ ਹੁਣ ਤੁਹਾਨੂੰ ਆਪਾਂ ਸੁਣਾਉਣੇ ਆ ਗਿਆ 16 ਇੰਚੀ ਦੀ ਭਾਈ ਆਪਣੇ ਕੋਲ 12 ਇੰਚੀ ਤਿੰਨ ਬੂਫਰ ਵੀ ਅਵੇਲੇਬਲ ਨੇਗੇ ਹਾਂਜੀ ਹਾਂਜੀ ਵੀਰੇ ਸਾਰਾ ਕੁਝ ਅਵੇਲੇਬਲ 12 3 4 ਜਿੱਦਾਂ ਦੀ ਰਿਕੁਆਇਰਮੈਂਟ ਆਉਂਦੀ ਆ ਉਦੋਂ ਜਾਨੀ ਕਿ ਜਿੱਦਾਂ ਕਸਟਮਰ ਦੀ ਡਿਮਾਂਡ ਹੋਊਗੀ ਜਿਹੜਾ ਸਿਸਟਮ ਤੁਸੀਂ ਕਹੋਗੇ ਉਹੀ ਤਿਆਰ ਕਰ ਦਾਂਗੇ ਜਾਨੀ ਕਿ ਭਾਈ ਕਿੱਥੇ 18 ਇੰਚੀ ਤੱਕ ਅਵੇਲੇਬਲ ਆ ਹਾਂਜੀ ਵੀਰੇ 18 ਇੰਚੀ ਤੋਂ ਤੱਕ ਅਵੇਲੇਬਲ ਆਪਣੇ ਕੋਲੇ ਅੱਛਾ ਕਦੇ ਵੀ ਆ ਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਬਾਈ ਉਹਨਾਂ ਕੋਲੇ ਮਤਲਬ ਵੀ ਹੁਣ ਵੀ ਤਿਆਰ ਕੀਤੇ ਪਏ ਆ ਜੇ ਤੁਸੀਂ ਲੈਣੇ ਹੁਣ ਤਾਂ ਨੀਚੇ ਡਿਸਕ੍ਰਿਪਸ਼ਨ 'ਚ ਨੰਬਰ ਪਿਆ ਹੈਗਾ ਤੁਸੀਂ ਉੱਥੋਂ ਕੰਟੈਕਟ ਕਰ ਸਕਦੇ ਹੋਗੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਸੈੱਟ ਆ ਪਿਆ ਹੈਗਾ ਤਿਆਰ ਹੋਇਆ ਇਹ ਹੈਗਾ ਇਹ 16 ਇੰਚੀ ਤਿੰਨ ਬੂਫਰ ਲੱਗੇ ਹੋਏ ਆਗੇ ਤੇ ਬਾਈ ਸਪੀਕਰ ਕਿੰਨੇ ਆ ਇਹਦੇ 'ਚ ਵੀਰੇ 9 ਸਪੀਕਰ ਇਹ ਬਾਈ ਜਿੱਦਾਂ ਵੀ ਕਸਟਮਰ ਚਾਹੇ ਵੀ ਸਪੀਕਰ ਵੱਧ ਵੀ ਲੱਗ ਸਕਦੇ ਆ ਹਾਂਜੀ ਵੀਰੇ 9 12 ਜਿੰਨੀ ਕਸਟਮਰ ਦੀ ਮੈਂ ਕਿਹਾ ਓਕੇ ਓਕੇ ਜਾਨੀ ਕਿ ਇਹਨਾਂ ਦੇ ਵਿੱਚ ਲਾਈਟਿੰਗ ਵੀ ਹੁੰਦੀ ਹੈਗੀ ਨਾਲੇ ਹਨਾ ਹਾਂਜੀ ਹਾਂਜੀ ਵੀਰੇ ਲਾਈਟਿੰਗ ਵੀ ਹੁੰਦੀ ਹੈ ਇੱਕ ਮਤਲਬ ਵੀ ਇੱਕ ਹੋਰ ਆਉਂਦੀ ਸੀਗੀ ਵੀ ਡਬਲ ਲਾਈਟਿੰਗ ਵੀ ਹੁੰਦੀ ਆ ਇਹ ਡਬਲ ਲਾਈਟਿੰਗ ਵਾਲੇ ਆ ਵੀਰੇ ਠੀਕ ਹੈ ਜੀ ਜਿੱਦਾਂ ਕਿ ਪਹਿਲਾਂ ਵੀ ਲਾਈਟਿੰਗ ਚੱਲਦੀ ਜਦੋਂ ਬੇਸ ਆਊਗੀ ਉਹਦਾ ਕਲਰ ਚੇਂਜ ਹੋ ਜਾਊਗਾ
ਤੇ ਨਾ ਪਹਿਲਾਂ ਵੀ ਲਾਈਟਿੰਗ ਚੱਲਦੀ ਆ ਤੇ ਜਦੋਂ ਹੈ ਨਾ ਬੇਸ ਆਉਂਦੀ ਆ ਫਿਰ ਕਲਰ ਚੇਂਜ ਹੋ ਜਾਂਦਾ ਗਾ ਤੇ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ 'ਚ ਵੀ ਦਿਖਾਵਾਂਗੇ ਤੇ ਬਾਕੀ ਹੁਣ ਤੁਹਾਨੂੰ 16 ਇੰਚੀ ਬਾਰੇ ਆਪਾਂ ਦੱਸਤਾ ਤੇ ਹੁਣ ਤੁਹਾਨੂੰ ਇੱਕ ਵਾਰੀ 16 ਇੰਚੀ ਬੂਹਰ ਆਪਾਂ ਚਲਾ ਕੇ ਦਿਖਾਉਂਦੇ ਹਾਂਗੇ ਆਹ ਇਹਨਾਂ ਦਾ ਐਂਪਲੀਫਾਇਰ ਆ ਤੇ ਸਾਰਿਆਂ ਦੇ ਜਿੱਦਾਂ ਕਿ ਆਹ ਛੋਟਾ ਐਂਪਲੀਫਾਇਰ ਸੀਗਾ ਇਹ ਜਿੱਦਾਂ ਕਿ ਇਹ ਵੱਡਾ ਹੈਗਾ ਥੋੜ੍ਹਾ ਜਿਹਾ ਇਹ ਤਾਂ ਤੁਹਾਨੂੰ ਵਿੱਚੋਂ ਹੀ ਪਤਾ ਲੱਗਦਾ ਹੋਊਗਾ ਵੀ ਇਹਦੇ 'ਚ ਜਿਹੜੀ ਪਲੇਟ ਆ ਉਹ ਵੀ ਵੱਡੀ ਲੱਗੀ ਹੋਈ ਹੈ ਥੋੜ੍ਹੀ ਜਿਹੀ ਤੇ ਬਾਕੀ ਇਹ ਸਾਰਿਆਂ ਲਈ ਅਲੱਗ ਅਲੱਗ ਨੇ ਹੈ ਨਾ ਬਾਈ ਹਾਂਜੀ ਹਾਂਜੀ ਵੀਰੇ ਸਾਰੇ ਅਲੱਗ ਅਲੱਗ ਨੇ ਦੇਖੋ 8 ਮੌਸਮੈਂਟਲ ਆ ਵਾ ਅੱਛਾ 4 ਇੱਧਰ ਤੇ 4 ਇੱਧਰ ਅੱਛਾ ਜੀ ਇਹ 6 ਵਾਲਾ ਜਾਂ ਇਹਨਾਂ ਨਹੀਂ 6 ਵਾਲਾ ਵਾ ਇਹ 6 ਵਾਲਾ ਗਾ ਜੀ ਇਹ 8 ਵਾਲਾ ਗਾ ਯਾਨੀ ਕਿ ਕਿੰਨੇ ਬੂਫਰ ਚਲਾ ਸਕਦਾ ਗਾ ਜੀ ਇਹ ਵੀਰੇ ਆਪਣੇ ਆਪਾਂ 6 ਬੂਫਰਾਂ ਲੋਡ ਪਾ ਕੇ ਚੈੱਕ ਕੀਤੇ ਤੇ 15 ਇੰਚੀ ਦਾ ਪਰ ਆਪਾਂ 3 ਬੂਫਰ ਦਾ ਲਾ ਰਹੇ ਹਾਂ ਯਾਨੀ ਕਿ 3 ਬੂਫਰ ਪੂਰੇ ਵਧੀਆ ਚਲਾ ਰਿਹਾ ਹੈਗਾ ਜੇ ਆਪਾਂ ਇਹਦੇ ਤੇ ਯਾਨੀ ਕਿ ਚਾਰਜ ਲਾਉਣਾ ਚਾਹੀਦਾ 4 ਵੀ ਚਲੇ ਜਾਣਗੇ ਹਾਂਜੀ ਹਾਂਜੀ ਵੀਰੇ 4 ਵੀ ਚਲੇ ਜਾਣਗੇ ਇਹ ਆਪਣਾ ਮੋਨੋ ਹੈਗਾ ਜੀ ਹਾਂਜੀ ਵੀਰੇ ਮੋਨੋ ਚਾਰਜ ਕੀਤਾ ਇਹ ਆਪਣਾ ਮੋਨੋ ਹੈਗਾ ਤੇ ਬਾਕੀ ਹੁਣ ਤੁਹਾਨੂੰ ਇੱਕ ਵਾਰੀ ਚਲਾ ਕੇ ਦਿਖਾ ਦਈਏ ਸੁਣ ਲਈ ਤੇ ਹੁਣ ਬਾਈ ਕਹਿੰਦੇ ਵੀ ਆਪਾਂ ਤੁਹਾਨੂੰ ਹਨਾ 6 ਬੂਫਰ ਚਲਾ ਕੇ ਦਿਖਾਉਣੇ ਆਗੇ ਵੀ ਜਾਨੀ ਕਿ ਜਿਹੜਾ ਆਪਣਾ ਤੁਸੀਂ ਦੇਖਿਆ ਸੀਗਾ ਵੀ ਐਂਪਲੀਫਾਇਰ ਉਹੀ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਐਂਪਲੀਫਾਇਰ ਨਹੀਂ ਆਪਾਂ ਚੇਂਜ ਕੀਤਾ ਹੈਗਾ ਉਹੀ ਐਂਪਲੀਫਾਇਰ ਹੈਗਾ ਤੇ ਇਹਦੇ ਤੇ ਆਪਾਂ ਹੁਣ ਤੁਹਾਨੂੰ 6 ਬੂਫਰ ਚਲਾ ਕੇ ਦਿਖਾਵਾਂਗੇ ਇਹਨੇ ਹੁਣ 6 ਬੂਫਰ ਕਨੈਕਟ ਕਰਤੇ ਤੇ ਤੁਸੀਂ ਦੇਖ ਸਕਦੇ ਹੋ 2 ਆ ਸੀਗੇ ਤੇ 1 ਇਹਦੇ ਨੀਚੇ ਆ ਤੇ 3 ਆ ਸੀਗੇ ਤੇ ਹੁਣ ਤੁਹਾਨੂੰ 6 ਬੂਫਰ ਚਲਾ ਕੇ ਦਿਖਾਉਣੇ ਆ ਜਾਨੀ ਕਿ ਪੂਰਾ ਮੈਕਸਿਮਮ ਲੋਡ ਇਹਦੇ ਤੇ 6 ਬੂਫਰ ਦਾ ਹੀ ਪਾ ਸਕਦੇ ਆਂਗੇ ਤੇ ਬਾਕੀ ਹੁਣ ਤੁਹਾਨੂੰ ਚਲਾ ਕੇ ਦਿਖਾਉਣੇ ਆ ਤੁਸੀਂ ਬੇਸ ਸੁਣ ਲਈ ਤੇ ਜਿੰਨੇ ਵੀ ਆ ਸ਼ੀਸ਼ੇ ਸ਼ੀਸ਼ੇ ਸੀਗੇ ਸਾਰੇ ਖੜਕਣ ਲੱਗ ਪਏ ਸੀਗੇ ਤੇ 3 ਬੂਫਰ ਤਾਂ ਕੁਝ ਵੀ ਨਹੀਂ 6 ਮੂਰੇ ਤੇ ਆਹ ਤੁਸੀਂ ਚੈੱਕ ਕਰ ਸਕਦੇ ਹੋ ਵੀ ਹੈ ਨਾ ਪਾਨੇ ਪੂਨੇ ਸਾਰੇ ਖੰਡਾਤੇ ਇਹ ਜਿੱਦਾਂ ਕਿ ਸਾਈਡ ਤੇ ਲਾਏ ਹੋਏ ਸੀਗੇ ਤੇ ਜਾਨੀ ਕਿ ਤੁਸੀਂ ਦੇਖ ਸਕਦੇ ਹੋ ਵੀ ਚ ਵੱਜਦੀ ਹੈਗੀ ਇੰਨੀ ਬੇਸ ਹੈਗੀ ਜਾਨੀ ਕਿ ਤੇ ਆਪਾਂ ਸਾਰੇ ਬੂਫਰਾਂ ਦੀ ਆਵਾਜ਼ ਸੁਣ ਲਈ ਤੇ ਹੁਣ ਤੁਹਾਨੂੰ ਇੱਕ ਵਾਰੀ ਨਾ ਸਾਰੇ ਸੈਟਾਂ ਦੇ ਪ੍ਰਾਈਸ ਦੱਸਦੇ ਹਾਂ ਤੇ ਇਹਦਾ ਤਾਂ ਆਪਾਂ ਪਹਿਲਾਂ ਹੀ ਦੱਸਤਾ ਸੀਗਾ ਤੇ ਉਸ ਤੋਂ ਬਾਅਦ ਆਉਂਦੇ ਆਪਾਂ 12 ਇੰਚੀ ਤੇ ਤੇ ਬਾਈ 12 ਇੰਚੀ ਇਹ ਕਿੰਨੇ ਕੁ ਪ੍ਰਾਈਸ ਪੈ ਜਾਂਦਾ ਇਹਦਾ ਇਹਦਾ ਵੀਰੇ 12 ਇੰਚੀ 2 ਸਬਵੂਫਰ ਵਾਲਾ ਵਾ ਹਾਂਜੀ ਇਹ ਆਪਣਾ 12 ਇੰਚੀ 155 mm ਦਾ ਠੀਕ ਹੈ ਜੀ ਜਿਹੜਾ ਬੂਫਰ ਆ ਹਾਂਜੀ ਇਹ 134 ਵੀ ਆਉਂਦਾ ਵਾ ਠੀਕ ਹੈ ਜੀ ਪਰ ਆਪਾਂ ਜ਼ਿਆਦਾ ਯੂਜ਼ 155 ਹੀ ਕਰਦੇ ਹਾਂ ਠੀਕ ਹੈ ਜੀ ਕੋਲ ਆਪਣਾ ਹੈਵੀ ਜੀ ਬੂਫਰ ਆ ਇਹਦੀ ਕੀਮਤ ਆ 12 ਇੰਚੀ 2 ਬੂਫਰ 5 ਸਪੀਕਰਾਂ ਦੀ ਤੇ ਆਪਣਾ ਵੀਰੇ 15000 ਤੋਂ ਸਟਾਰਟਿੰਗ ਹੋ ਕੇ 18500 ਤੱਕ 12 ਇੰਚੀ ਵਾਲਾ ਠੀਕ ਹੈ ਜੀ ਜਿੱਦਾਂ ਕਿ ਤੁਸੀਂ ਸੁਣੀ ਲਿਆ ਵੀ ਹੈ ਨਾ ਜਿਹੜਾ ਇਹ 12 ਇੰਚੀ ਵਾਲਾ ਬੂਫਰ ਆਗਾ ਇਹ 15000 ਤੋਂ ਸਟਾਰਟਿੰਗ ਕਰਕੇ 18000 ਤੱਕ ਆਗਾ ਤੇ ਬਾਕੀ ਇਹਨਾਂ 'ਚ ਅਲੱਗ ਅਲੱਗ ਮਾਡਲ ਵੀ ਨੇਗੇ ਜਿੱਦਾਂ ਤੁਹਾਨੂੰ ਪਹਿਲਾਂ ਵੀ ਬਾਈ ਨੇ ਦੱਸਿਆ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ 15 ਇੰਚੀ ਬੂਫਰ ਵਾਲਿਆਂ ਦੀ ਤੇ ਜਿੱਦਾਂ ਕਿ ਇਹ 2 ਬੂਫਰ ਨੇਗੇ ਤੇ ਬਾਈ ਇਹਨਾਂ 'ਚ ਸਪੀਕਰ ਕਿੰਨੇ ਨੇ ਇਹ ਵੀਰੇ 2 ਬੂਫਰ ਨੇ 15 ਇੰਚੀ ਠੀਕ ਹੈ ਜੀ ਤੇ ਇਹਦੇ ਵਿੱਚ 7 ਸਪੀਕਰ ਨੇ ਤੇ 2 15 ਇੰਚੀ ਬੂਫਰ ਨੇ ਤੇ ਬਾਈ ਇਹਨਾਂ ਇਹਦਾ ਪ੍ਰਾਈਸ ਕੀ ਹੈਗਾ ਜੀ ਵੀਰੇ ਇਹ 15 ਇੰਚੀ 2 ਆਪਣੇ ਸਬਵੂਫਰ ਨੇ ਹਾਂਜੀ ਇਹ ਉਹ 2 ਤਰ੍ਹਾਂ ਦੇ ਬੂਫਰ ਨੇ ਸਬਵੂਫਰ ਇੱਕ ਤਾਂ ਹੈਗਾ ਪਲਾਸਕਟ ਕੋਨ 'ਚ ਅੱਛਾ ਇੱਕ ਗੱਤਾ ਕੋਨ 'ਚ ਇੱਕ ਗੱਤਾ ਕੋਨ 'ਚ ਜੀ ਹਾਂਜੀ ਇਹ ਪਲਾਸਕਟ ਵਾਲੇ ਨੇ ਉਹ ਗੱਤਾ ਕੋਨ 'ਚ ਪਿਆ ਪਰਲਾ ਠੀਕ ਹੈ ਜੀ ਨੀਚੇ ਵਾਲਾ ਠੀਕ ਹੈ ਜੀ ਇਹ ਜਿੱਦਾਂ ਕਿ ਇਹ ਵਾਟਰਪ੍ਰੂਫ ਹੁੰਦੇ ਆ ਹਾਂਜੀ ਵੀਰੇ ਸਾਰੇ ਹੁੰਦੇ ਵਾਟਰਪ੍ਰੂਫ ਹੀ ਨੇ ਠੀਕ ਹੈ ਜੀ ਥੋੜੀ ਜਿਹੀ ਮਿੱਠੀ ਜੀ ਬੇਸ ਹੁੰਦੀ ਆ
ਉਹ ਥੋੜੀ ਹਾਰਡ ਪੰਚ ਹੁੰਦਾ ਉਹਨਾਂ ਦਾ ਦੱਤਾ ਗੋਨ ਦਾ ਠੀਕ ਹੈ ਜੀ ਹਾਂਜੀ ਤੇ ਪ੍ਰਾਈਸ ਜੀ ਇਹਨਾਂ ਦਾ ਪ੍ਰਾਈਸ ਦਾ ਵੀ ਥੋੜਾ ਵੀ ਡਿਫਰੈਂਸ ਹੈਗਾ ਇਹਨਾਂ ਦਾ 1000 ਰੁਪਏ ਦਾ ਡਿਫਰੈਂਸ ਆ ਪ੍ਰਾਈਸ ਦਾ ਵੀ ਇਹ ਵੀਰੇ 18,500 ਤੋਂ ਸਟਾਰਟਿੰਗ ਹੋਵੇ ਤੇ 25,000 ਤੱਕ ਪਿਆ ਆਪਣੇ ਕੋਲੇ ਠੀਕ ਹੈ ਜੀ ਆਹ ਵਾਲਾ ਸੈੱਟ ਕਿੰਨੇ ਦਾ ਹੈਗਾ ਜੀ ਇਹ ਵੀਰੇ ਆਪਣਾ ਹੈਗਾ ਵਾ 22,000 ਕੋਸਟ ਕਰਦਾ ਜੀ ਇਹ 22,000 ਹੈ ਜਿਹੜਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ 15 ਇੰਚੀ ਤਿੰਨ ਬੂਫਰ ਆਉਂਦੇ ਹੈਗੇ ਤੇ ਕਈ ਇਹਨਾਂ ਨੂੰ 16 ਵੀ ਕਹਿ ਦਿੰਦੇ ਆ ਵੈਸੇ ਹੁੰਦੇ ਇਹ 15 ਇੰਚੀ ਹੈਗੇ 16 ਕਹਿ ਲਓ ਚਾਹੇ 15 ਕਹਿ ਲਓ ਜਾਣੀ ਕਿ ਹੁੰਦੇ 15 ਇੰਚੀ ਨੇਗੇ ਤੇ ਬਾਕੀ ਹੁਣ ਇਹਦੀ ਗੱਲ ਕਰਦੇ ਹਾਂ ਆਪਾਂ ਇਹਦੇ 'ਚ ਆਪਣੇ ਤਿੰਨ ਬੂਫਰ ਨੇਗੇ 15 ਇੰਚੀ ਤੇ ਇਹਦੇ 'ਚ ਸਪੀਕਰ ਬਾਈ ਕਿੰਨੇ ਲੱਗੇ ਇਹਦੇ 'ਚ ਵੀਰੇ 9 ਸਪੀਕਰ ਨੇ ਇਹਦੇ 'ਚ 9 ਸਪੀਕਰ ਲੱਗੇ ਆ ਤੇ ਇਹਦੀ ਬਾਈ ਕੋਸਟ ਕਿੰਨੀ ਕੁ ਪੈ ਜਾਂਦੀ ਹੈ ਜੀ ਵੀਰੇ ਆਪਣਾ 28,000 ਤੋਂ ਸਟਾਰਟਿੰਗ ਹੋ ਕੇ 33,000 ਤੱਕ ਆਪਣਾ ਕੋਸਟ ਕਰਦਾ ਹੈ 28,000 ਤੋਂ ਸਟਾਰਟਿੰਗ ਹੋ ਕੇ 33,000 ਤੱਕ ਹਾਂਜੀ ਸਬੀ ਤੋਂ ਵੀ ਹੈਗਾ ਜੀ ਇੱਕ ਸਿਸਟਮ ਉਹ ਸਬੀ ਦਾ ਵੀ ਤਿਆਰ ਕਰ ਰਹੇ ਆ 15-3 ਚ ਠੀਕ ਹੈ ਜੀ ਤੇ ਆਪਣਾ ਸਬੀ ਤੋਂ ਲੈ ਕੇ 33,000 ਤੱਕ ਕੋਸਟ ਕਰਦੇ ਨੇ 15-3 ਠੀਕ ਹੈ ਜੀ ਜਾਨੀ ਕਿ ਜਿਹੜਾ ਆਹ ਸੈੱਟ ਪਿਆ ਹੈਗਾ ਇਹਦੀ ਪ੍ਰਾਈਸ ਕੀ ਆ ਇਹ ਵੀਰੇ ਹੈਗਾ ਵਾ 30,000 ਦਾ ਇਹ 30,000 ਦਾ ਹੈਗਾ ਇਹ ਸੈੱਟ ਆਪਣਾ ਜਾਨੀ ਕਿ ਇਹਦੇ ਨਾਲ ਬਾਈ ਜਿਹੜਾ ਐਂਪਲੀਫਾਇਰ ਆਉਂਦਾ ਗੋਦ ਦਿਖਾਇਓ ਮੜਾ ਜਿਹਾ ਇੱਕ ਵਾਰੀ ਆਪਣਾ ਇਹ ਐਂਪਲੀਫਾਇਰ ਆ ਗਿਆ छेती खराब नहीं हुंदा गारंटी गुरंटी भी हुंदी है छे मंथ की गारंटी हुंदी है ठीक है जी ਭਾਈ ਅੱਜ ਕੱਲ੍ਹ ਜਿੱਦਾਂ ਕਿ ਆਹ ਵਾਲੀ ਪੇਟੀ 'ਚ ਵੀ ਬਹੁਤ ਟ੍ਰੈਂਡ 'ਚ ਆ ਗਈ ਯਾਨੀ ਕਿ ਇਹਦੇ ਪਿੱਛੇ ਫੋਟੋ ਵਗੈਰਾ ਲੱਗ ਜਾਂਦੀ ਆ ਇਹ ਵੀ ਆਪਾਂ ਤਿਆਰ ਕਰਕੇ ਦਿੰਦੇ ਹਾਂ ਜੀ ਹਾਂਜੀ ਹਾਂਜੀ ਵੀਰੇ ਆਪੇ ਵੀ ਤਿਆਰ ਕਰਕੇ ਦਿੰਦੇ ਹਾਂ ਇਹਦਾ ਪ੍ਰੋਸੈਸ ਚੱਲ ਰਿਹਾ ਹੈ ਜੀ ਇਹਦੀ ਆਪਾਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਪਾਵਾਂਗੇ ਠੀਕ ਹੈ ਜੀ ਇਸ ਨੂੰ ਸਾਰਾ ਕੰਪਲੀਟ ਹੋਗਾ ਤੁਹਾਨੂੰ ਤੁਸੀਂ ਵੀਡੀਓ ਬਣਾ ਕੇ ਭੇਜ ਦਾਂਗੇ ਠੀਕ ਹੈ ਜੀ ਤੇ ਬਾਕੀ ਆਪਾਂ ਜਿਹੜਾ 12 ਇੰਚੀ ਨੇਗੇ ਯਾਨੀ ਕਿ ਇਹਨਾਂ ਦੇ ਪਿੱਛੇ ਵੀ ਇਦਾਂ ਹੀ ਕਰਾ ਸਕਦੇ ਆਪਾਂ ਹਾਂਜੀ ਹਾਂਜੀ ਕਰਾ ਸਕਦੇ ਇਹਨਾਂ ਮਗਰ ਵੀ ਆਪਾਂ ਕਰਾ ਸਕਦੇ ਹਾਂ ਜਿੱਦਾਂ ਰਿਕੁਆਇਰਮੈਂਟ ਹੋਵੇ ਤਾਂ ਕਰ ਸਕਦੇ ਹਾਂ ਠੀਕ ਹੈ ਜੀ ਜੇ ਕੋਈ ਕਸਟਮਰ ਚਾਹੇ ਵੀ ਹੈ ਨਾ 12 ਇੰਚੀ ਆਪਣੇ ਸਬਵੂਫਰ ਨੇਗੇ ਉਹਨਾਂ ਦੇ ਪਿੱਛੇ ਪਲੱਸ ਆ ਮਤਲਬ ਵੀ ਆ ਕਰਾ ਕੇ ਜਿਹੜੀ ਆਪਾਂ ਪਿੱਛੇ ਕਰਦੇ ਹਾਂਗੇ ਆ ਕੀ ਹੁੰਦੀ ਹੈਗੀ ਇਹ ਵੀਰੇ ਗਰਾਸ ਕਹਿੰਦੇ ਨੇ ਇਹਨੂੰ ਤੇ ਜਿੱਦਾਂ ਅੱਜ ਕੱਲ੍ਹ ਹੈ ਨਾ ਆਪਣੇ ਸਪੀਕਰ ਅਲੱਗ ਵੀ ਲੱਗਦੇ ਹੈਗੇ ਚਾਰ ਸਪੀਕਰ ਹੋ ਗਏ ਚਾਹੇ ਤੁਸੀਂ ਜਿਹੜੇ ਮਰਜ਼ੀ ਕੰਪਨੀ ਦੇ ਲਵਾ ਲਓ ਪਾਈਨੀਅਰ ਦੀ ਵੀ ਲੱਗ ਜਾਣਗੇ ਬਾਈ ਹਾਂਜੀ ਵੀਰੇ ਪਾਈਨੀਅਰ ਜਿਹਦਾ ਵੀ ਤੁਸੀਂ ਰਿਕੁਆਇਰਮੈਂਟ ਹੋਊਗੀ ਆਪਾਂ ਠੀਕ ਹੈ ਜੀ ਪੂਰੀ ਕਰਾਂਗੇ ਤੇ ਇਹਦੇ 'ਚ ਆਪਾਂ ਕਿਹੜੇ ਲਾਉਣੇ ਆਪਾਂ 6 ਇੰਚੀ ਸਪੀਕਰ ਲਾਉਣੇ ਹਾਂ ਆਪਾਂ 6 ਇੰਚੀ ਸਪੀਕਰ ਜਿਹੜੇ ਆਪਾਂ ਨਾਰਮਲ ਵਰਤਦੇ ਆਪਣੇ ਸਪੀਕਰ ਠੀਕ ਹੈ ਜੀ ਬਾਈ ਹੁਣੀ 6 ਇੰਚੀ ਸਪੀਕਰ ਲੱਗ ਦਿੰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਛਤਰੀ 'ਚ ਲੱਗ ਜਾਂਦਾ ਟੇਢਾ ਜਿਹਾ ਬਕਸਾ ਆਉਂਦਾ ਹੈਗਾ ਅਤੇ ਇਹ ਛਤਰੀ 'ਚ ਆਪਣਾ ਤਾਂ ਉੱਪਰ ਹੁੱਡ ਦੇ ਨਾਲ ਕਸਿਆ ਜਾਂਦਾ ਹੈਗਾ ਅਤੇ ਇਹਦੇ ਨਾਲ ਆਪਣੀ ਯਾਨੀ ਕਿ ਬੂਫਰਾਂ ਵਾਲੀ ਜਿਹੜੀ ਪੇਟੀ ਹੁੰਦੀ ਹੈਗੀ ਉਹ ਅਲੱਗ ਤਿਆਰ ਹੁੰਦੀ ਹੈਗੀ ਜੇ ਕਿਸੇ ਨੇ ਕਸਟਮਰ ਨੇ ਬਾਈ ਇਕੱਲੇ ਸਪੀਕਰ ਹੀ ਲਵਾਉਣੇ ਹੁਣ ਚਾਰ ਉਹ ਵੀ ਲੱਗ ਜਾਂਦੇ ਆ ਯਾਨੀ ਕਿ ਇਹਨਾਂ ਦੀ ਇਹਦੇ ਨਾਲ ਫਿਰ ਐਂਪਲੀਫਾਇਰ ਕਿਹੜਾ ਚੱਲੂਗਾ ਆਪਣਾ ਇਹ ਹੁਣ ਗੱਲ ਆਉਂਦੀ ਆਪਣੀ ਐਂਪਲੀਫਾਇਰ ਤੇ ਤੇ ਜਿੱਦਾਂ ਕਿ ਤੁਸੀਂ ਬਾਈ ਕਿਸੇ ਨੇ ਇਕੱਲਾ ਐਂਪਲੀਫਾਇਰ ਲੈਣਾ ਹੋਵੇ ਉਹ ਵੀ ਤੁਸੀਂ ਦੇ ਸਕਦੇ ਹੋ ਯਾਨੀ ਹਾਂਜੀ ਹਾਂਜੀ ਵੀਰੇ ਇਕੱਲੇ ਐਂਪਲੀਫਾਇਰ ਹੀ ਮਿਲ ਸਕਦਾ ਇਕੱਲਾ ਐਂਪਲੀਫਾਇਰ ਵੀ ਤੁਹਾਨੂੰ ਇੱਥੋਂ ਮਿਲ ਸਕਦਾਗਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤਾਂ ਐਂਪਲੀਫਾਇਰ ਹੈਗਾ ਕਿ ਸਾਰੇ ਨਾਲ ਛੋਟਾ ਆਹ ਵਾਲਾ ਬਾਈ ਇਹ ਕਿੰਨੇ ਸਪੀਕਰ ਚਲਾਉਂਦਾ ਗਾ ਜੀ ਇਹ ਵੀਰੇ 8 ਇੰਚੀ 2 ਸਪੀਕਰ ਚਲਾਉਂਦਾ ਗਾ 8 ਇੰਚੀ 2 ਸਪੀਕਰ ਜੇ ਆਪਾਂ 6 ਇੰਚੀ 4 ਚਲਾਉਣੇ ਹੁਣ ਹਾਂਜੀ ਬਹੁਤ ਸੋਹਣਾ ਚਲਾਉਗਾ ਜੀ ਠੀਕ ਹੈ ਜੀ ਜਬ ਇਹ ਆਪਣਾ 6 ਇੰਚੀ 4 ਸਪੀਕਰ ਵੀ ਚਲਾ ਸਕਦਾਗਾ ਤੇ ਇਦੋਂ ਵੱਡਾ ਆਉਂਦਾਗਾ ਆਹ ਵਾਲਾ ਇਹ ਕਿੰਨੇ ਬੂਫਰ ਚਲਾਉਂਦਾ ਗਾ ਜੀ ਇਹ ਵੀਰੇ 12 ਇੰਚੀ 2 ਸਪੀਕਰ ਤੇ 15 ਇੰਚੀ 2 ਸਪੀਕਰ ਚਲਾਉਂਦਾ ਜਿਹੜਾ ਆਪਾਂ ਡੀਜੇ ਸਪੀਕਰ ਕਹਿੰਦੇ ਜਿਨ੍ਹਾਂ ਨੂੰ ਠੀਕ ਹੈ ਜਿਹੜੇ ਅੱਜ ਕੱਲ ਜ਼ਿਆਦਾ ਚੱਲਦੇ ਆ ਕਿ 2 ਸਪੀਕਰ ਨਾਰਮਲ ਨਾਲ 2 ਟਵਿਟਰ ਹੋ ਜਾਂਦੇ ਆ ਹਾਂਜੀ 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 ਉਹਨਾਂ ਲਈ ਆ ਜੀ ਇਹ ਓਕੇ ਜੇ ਆਪਾਂ ਡੈਕ ਬਾਹਰ ਲਾਉਣਾ ਵਾ ਤੇ ਕਲੀ ਪੇਟੀ ਉੱਪਰ ਲਾਉਣੀ ਆ ਜੂ ਚ ਠੀਕ ਹੈ ਜੀ ਤੇ ਡੈਕ ਸਾਈਡ ਤੇ ਮਗਿਆ ਤੇ ਲੱਗ ਜਾਂਦਾ ਓਕੇ ਤੇ ਉਸ ਤੋਂ ਬਾਅਦ ਆਉਂਦਾਗਾ ਆਹ ਵਾਲਾ ਆਪਣਾ ਐਂਪਲੀਫਾਇਰ ਜਿਹੜਾ ਕਿ 6 ਮੋਸਫੈਟ ਵਾਲਾਗਾ 6 ਵਾਲਾ ਹਾਂਜੀ ਹਾਂਜੀ 6 ਵਾਲਾ ਇਹ ਆਮ ਤਾਂ ਜੀ 15 ਇੰਚ ਦੇ ਲੋਕ ਲਾ ਰਹੇ 15-3 ਵੀ ਚਲਾ ਰਹੇ ਨੇ ਤੇ ਪਰ ਆਪਾਂ ਇਹਨੂੰ 12 ਤੇ 15 ਦੀ ਲਾ ਰਹੇ ਆ 15-2 ਤੇ ਠੀਕ ਹੈ ਜੀ ਆਪਣੇ 12 ਇੰਚ ਨੂੰ ਪਹਿਲਾਂ ਆਪਣੇ 4 ਮੋਸਫੈਟ ਵਾਲਾ ਹੁੰਦਾ ਸੀ ਤੇ ਆਪਾਂ ਹੁਣ 6 ਮੋਸਫੈਟ ਕਰਤੇ ਵੀ ਥੋੜਾ ਜਿਹਾ ਅੰਡਰਲੋਡ ਰਹੇ ਗਰਮ ਨਾ ਹੋਵੇ ਵੀ ਲੌਂਗ ਲਾਈਫ ਰਹੇ ਠੀਕ ਹੈ ਜੀ ਤੇ ਇਹ ਵਾਲਾ ਜਿਹੜਾ ਆਪਣਾ ਐਂਪਲੀਫਾਇਰ ਹੈਗਾ ਇਹ 12 ਇੰਚੀ 2 ਬੂਫਰ ਵੀ ਚਲਾ ਦਿੰਦਾਗਾ 3 ਵੀ ਚਲਾ ਦਿੰਦਾਗਾ ਤੇ 15 ਇੰਚੀ 2 ਵੀ ਚਲਾ ਦਿੰਦਾਗਾ ਤੇ ਬਾਕੀ ਤੁਸੀਂ ਜੇ ਚਾਹੋ ਤਾਂ ਐਂਪਲੀਫਾਇਰ ਵੱਡਾ ਵੀ ਯੂਜ਼ ਕਰ ਸਕਦੇ ਹੋ ਉਹ ਕਸਟਮਰ ਦੀ ਡਿਮਾਂਡ ਤੇ ਹੈਗਾ ਵੀ ਕਸਟਮਰ ਨੇ ਕਿੱਦਾਂ ਦੀ ਆਵਾਜ਼ ਸੁਣਨੀ ਹੈ ਮਿੱਠੀ ਮਿੱਠੀ ਆਵਾਜ਼ ਸੁਣਨੀ ਹੈ ਜਾਂ ਥੋੜੀ ਜ਼ਿਆਦਾ ਬੇਸ ਵਾਲੀ ਸੁਣਨੀ ਆ ਤੇ ਬਾਕੀ ਇਸ ਤੋਂ ਬਾਅਦ ਆਪਾਂ ਆਉਂਦੇ ਹਾਂ ਕਿ ਆਹ ਵਾਲੇ ਐਂਪਲੀਫਾਇਰ ਤੇ ਇਹ ਬਾਈ ਕਿਹੜਾ ਐਂਪਲੀਫਾਇਰ ਹੈ ਕੀ ਕਿੰਨੇ ਸਪੀਕਰ ਚਲਾਉਂਦਾਗਾ ਇਹ ਵੀਰੇ 10 ਇੰਚ ਸਪੀਕਰ ਦੇ ਲਾਉਣ ਲਈ ਆਏ ਇਹ 10 ਇੰਚ ਸਪੀਕਰ ਪਹਿਲਾਂ ਸਪੀਕਰ ਦਿਖਾਏ ਸੀ ਇਹ ਮਗਿਆੜ ਦੇ ਲੱਗਣ ਵਾਲੇ ਠੀਕ ਹੈ ਜੀ ਇਹ ਉਹ ਵਾਲੇ ਸਪੀਕਰ ਚਲਾਉਂਦਾਗਾ ਇਹ ਜਾਨੀ ਕਿ ਇਹ ਛੋਟਾ ਮਾਡਲ ਹੈਗਾ ਹਾਂਜੀ ਇਹ ਉਦੋਂ ਲੱਗਦਾ ਹੀ ਉਹ ਵੀ ਆਪਣਾ ਜਾਂਦਾ 10 ਇੰਚ ਹਾਂਜੀ ਪਰ ਥੋੜੀ ਇਹਦੀ ਆਵਾਜ਼ ਵਧੀਆ ਦੀ ਆਵਾਜ਼ ਫੜਦੀ ਨਹੀਂ ਜਾਨੀ ਕਿ ਆ ਜਿਹੜਾ ਹੈਗਾ ਇਹ ਥੋੜਾ ਜਿਹਾ 8 ਇੰਚੀ 10 ਇੰਚ ਦੋਨੇ ਚਲਾ ਦਿੰਦਾ ਵਾ ਪਰ ਇਹਦੀ ਥੋੜੀ ਆਵਾਜ਼ ਫਟਣ ਲੱਗ ਜਾਂਦੀ 10 ਇੰਚੀ ਤੇ ਠੀਕ ਹੈ ਇਹਦੀ ਆਵਾਜ਼ ਨਹੀਂ ਫੜਦੀ ਸਹੀ ਚੱਲਦਾ ਠੀਕ ਹੈ ਜੀ ਇਹ 10 ਇੰਚ ਲਈ ਹੈ ਯਾਨੀ ਕਿ ਇਹ 8 ਇੰਚ ਲਈ ਹਾਂਜੀ 8 ਇੰਚ ਲਈ ਠੀਕ ਹੈ ਜੀ ਆਪਾਂ ਪਹਿਲਾਂ 3 ਬੂਫਰ ਸੁਣ ਕੇ ਹਟਿਆਂਗੇ 16 ਇੰਚੀ ਵਾਲੇ
ਤੇ ਉਹਨਾਂ ਲਈ ਕਿਹੜਾ ਐਂਪਲੀਫਾਇਰ ਆਪਣਾ ਵਰਤਿਆ ਜਾਂਦਾ ਗਾ? ਹਾਂਜੀ ਵੀਰੋ, ਉਹ ਆਪਣਾ ਐਂਪਲੀਫਾਇਰ ਆ, ਇਹ ਬਹੁਤ ਹੈਵੀ ਐਂਪਲੀਫਾਇਰ ਆ, ਦੀ ਬਹੁਤ ਹੀ ਜ਼ਿਆਦਾ ਬੇਸ ਆ, ਅਤੇ ਆਪਣਾ ਇਹ 8 MOSFET 'ਚ ਆਉਂਦਾ ਵਾ। ਆਪਾਂ 12 'ਚ ਵੀ ਤਿਆਰ ਕਰਦੇ ਹਾਂ, ਆਪਣੇ ਕਈ ਵੀਰਾਂ ਨੂੰ ਬਣਾ ਕੇ ਦਿੱਤੇ ਆ, ਇਹਨੇ 4 'ਤੇ ਕੋਈ ਸਸਤੀ ਪਾਰਟੀ ਤੋਂ ਲੈ ਲਏ ਸੀਗੇ, ਅਤੇ ਆਪਾਂ ਨੂੰ ਆਪਾਂ ਤੋਂ ਐਂਪਲੀਫਾਇਰ ਬਣਵਾ ਕੇ ਲੈ ਗਏ ਨੇ ਉਹ। ਠੀਕ ਹੈ ਜੀ। ਅਤੇ ਆਪਣਾ ਉਹ 12 MOSFET ਵਾਲਾ ਹੁੰਦਾ, ਉਹ 'ਤੇ ਸੇਫ ਪੂਰੇ ਅੰਡਰਲੋਡ ਚੱਲਦੇ ਨੇ, ਆਪਾਂ ਸੇਫ 15 ਚਲਾ ਰਹੇ ਹਾਂ ਤਾਂ ਬਹੁਤ ਸੋਹਣੇ ਚੱਲਦੇ ਆ। ਓਕੇ ਜੀ। ਅਤੇ ਬਾਈ ਕੋਲੇ ਤੁਸੀਂ ਦੇਖ ਸਕਦੇ ਹੋ ਇੰਨੀ ਐਂਪਲੀਫਾਇਰ ਅਵੇਲੇਬਲ ਆ, ਅਤੇ ਬਾਕੀ ਜਿੱਦਾਂ ਕਸਟਮਰ ਡਿਮਾਂਡ ਕਰਦਾ ਗਾ ਉੱਦਾਂ ਦਾ ਐਂਪਲੀਫਾਇਰ ਵੀ ਤਿਆਰ ਹੋ ਜਾਂਦਾ ਗਾ, ਅਤੇ ਪੇਟੀ ਵੀ ਉੱਦਾਂ ਹੀ ਤਿਆਰ ਹੋ ਜਾਂਦੀ ਆ। ਅਤੇ ਬਾਈ ਹੁਣੀ ਗੱਡੀਆਂ ਗੁੱਡੀਆਂ 'ਚ ਵੀ ਡਿੱਕ ਲਾ ਦਿੰਦੇ ਹੈਗੇ, ਅਤੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਐਂਪਲੀਫਾਇਰ ਪਏ ਹੈਗੇ, ਅਤੇ ਬਲਿਊ ਪੰਕ ਦਾ ਪਿਆ ਗਾ, ਅਤੇ ਇੱਧਰ ਹੋਰ ਵੀ ਪਏ ਹੈਗੇ, ਜਾਣੀ ਕਿ ਜਿਹੜਾ ਬਾਈ ਜਿਹੜਾ ਕਸਟਮਰ ਡਿਮਾਂਡ ਕਰੂਗੀ ਉਹੀ ਤੁਸੀਂ ਮੰਗਾ ਕੇ ਮਤਲਬ ਵੀ ਮੌਕੇ 'ਤੇ ਅਵੇਲੇਬਲ ਕਰਕੇ ਦੇਵਾਂਗੇ। ਠੀਕ ਹੈ ਜੀ। ਕਸਟਮਰ ਰਿਕੁਆਇਰਮੈਂਟ ਹੋਊਗੀ, ਜਿੱਦਾਂ ਕਿ ਐਂਪ ਵਗੈਰਾ ਵੀ ਸਾਰੇ ਬਾਈ ਕੋਲੇ ਪਏ ਆ, ਤੁਸੀਂ ਚੈੱਕ ਕਰ ਸਕਦੇ ਹੋਗੇ। ਅਤੇ ਬਾਈ ਹੁਣੀ ਗੱਡੀਆਂ 'ਚ ਵੀ ਪੂਰਾ ਵਧੀਆ ਐਂਪਲੀਫਾਇਰ ਫਿੱਟ ਕਰਦੇ ਆਗੇ। ਇੱਧਰ ਤੁਹਾਨੂੰ ਮੈਂ ਥੋੜ੍ਹੀਆਂ ਗੱਡੀਆਂ ਵਾਲੀਆਂ ਪੇਟੀਆਂ ਵੀ ਦਿਖਾਉਣਾਗਾ, ਉਹ ਦੇਖ ਲਓ ਤੁਸੀਂ ਉੱਪਰ ਪਈਆਂ ਨੇਗੀਆਂ। JBL ਹੋ ਗਿਆ, ਪਾਇਨੀਅਰ ਹੋ ਗਿਆ, ਜਾਂ ਜਿਹੜੀ ਮਰਜ਼ੀ ਕੰਪਨੀ ਦਾ ਤੁਸੀਂ ਬੂਫਰ ਲਵਾ ਸਕਦੇ ਹੋ, ਕਿੱਕਰ ਹੋ ਗਿਆ, ਸਾਰੇ ਬੂਫਰ ਬਾਈ ਹੁਣੀ ਟਾਈਮ 'ਤੇ ਅਵੇਲੇਬਲ ਕਰਕੇ ਦੇ ਦਿੰਦੇ ਆਗੇ, ਤੁਸੀਂ ਚੈੱਕ ਕਰ ਸਕਦੇ ਹੋ। ਇੱਧਰ ਆ ਬਾਈ ਕੋਲੇ ਸਪੀਕਰ ਵੀ ਪਏ ਆਗੇ, ਇਹ ਤੁਹਾਨੂੰ ਆਪਾਂ ਸਾਰੇ ਐਂਪਲੀਫਾਇਰ ਬਾਰੇ ਦੱਸਤਾ, ਅਤੇ ਬਾਕੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਵੀ ਜਿੱਦਾਂ ਤੁਸੀਂ ਤਿਆਰ ਕਰਾਉਣਾ ਚਾਹੋ ਉਹਨਾਂ ਦਾ ਉੱਦਾਂ ਦਾ ਹੀ ਤਿਆਰ ਹੋ ਜਾਂਦਾ ਗਾ। ਬਾਈ ਔਡਰ ਲੈਣੇ ਹੋਗੇ ਜੀ? ਵੀਰੇ ਹੁਣ ਦੇਖੋ ਆਫ ਸੀਜ਼ਨ ਆ, ਹੁਣ ਤਾਂ ਸਮਾਨ ਰੈਡੀ ਪਿਆ ਵਾ, ਨਹੀਂ ਤਾਂ ਜੇ ਆਪਣਾ ਸੀਜ਼ਨ ਚੱਲਦਾ ਫਿਰ ਤਾਂ ਆਰਡਰ ਦੀ ਸਮਾਨ ਤਿਆਰ ਹੋ ਰਿਹਾ ਵਾ। ਠੀਕ ਹੈ ਜੀ। ਜਾਣੀ ਕਿ ਹੁਣ ਤਾਂ ਆਫ ਸੀਜ਼ਨ ਆਉਣ, ਬਾਈ ਕਹਿੰਦੇ ਵੀ ਆਪਣੇ ਕੋਲ ਅਵੇਲੇਬਲ ਹੈਗੇ ਆ, ਤੁਸੀਂ ਦੇਖ ਸਕਦੇ ਹੋ 12 ਇੰਚੀ ਵੀ ਕਾਫੀ ਪਏ ਆ ਅਤੇ 16 ਇੰਚੀ ਵੀ ਪਏ ਆ ਕਾਫੀ। ਅਤੇ ਬਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨਾ ਕੀ ਰੱਖਦੇ ਹਾਂ, ਉਮੀਦ ਆ ਤੁਹਾਨੂੰ ਵੀਡੀਓ ਆਪਣੀ ਪਸੰਦ ਆਈ ਹੋਊਗੀ। ਅਤੇ ਇੱਕ ਬਾਈ ਜੀ ਇੱਕ ਗੱਲ ਹੋਰ ਪੁੱਛਣੀ ਸੀਗੀ ਵੀ ਜੇ ਕੋਈ ਮੇਰਾ ਨਾਂ ਲੈ ਕੇ ਆਊਗਾ ਤੁਹਾਡੇ ਲਵੇ ਤਾਂ ਤੁਸੀਂ ਮਤਲਬ ਵੀ ਡਿਸਕਾਊਂਟ ਦਿਓਗੇ ਜੀ ਉਹਨਾਂ? ਹਾਂਜੀ ਹਾਂਜੀ, ਜ਼ਰੂਰ ਦਵਾਂਗੇ ਜੀ। ਅਤੇ ਨਾਂ ਲੈ ਕੇ ਡਿਸਕਾਊਂਟ ਜ਼ਰੂਰ ਦਵਾਂਗੇ। ਠੀਕ ਹੈ ਜੀ। ਅਤੇ ਜਾਣੀ ਕਿ ਤੁਸੀਂ ਜੇ ਮੇਰਾ ਨਾਂ ਲੈ ਕੇ ਆਓਗੇ ਤਾਂ ਤੁਹਾਨੂੰ ਬਾਈ ਲੈਸ ਕਰ ਦੇਣਗੇ। ਅਤੇ ਬਾਕੀ ਜ਼ਰੂਰ ਵਿਜ਼ਿਟ ਕਰਿਓ ਆਪਣਾ ਕੁੱਪ ਕਲਾਂਗੀ ਆਪਣੀ ਸ਼ੋਪ। ਅਤੇ ਬਾਈ ਉਹਨਾਂ ਤੋਂ ਆਪਾਂ ਇੱਕ ਵਾਰੀ ਐਡਰੈਸ ਵੀ ਪੁੱਛ ਲੈਂਦੇ ਹਾਂ, ਬਾਈ ਆਪਣਾ ਟੋਟਲ ਪੂਰਾ ਐਡਰੈਸ ਦੱਸ ਦਿਓ। ਵੀਰੇ ਆਪਣਾ ਕੁੱਪ ਕਲਾਂ ਆ, ਬ੍ਰੇਕਵੁੱਡਲੇ ਕੋਲੇ, ਇਹ ਲੁਧਿਆਣਾ ਤੋਂ ਬ੍ਰੇਕਵੁੱਡਲਾ ਰੋਡ ਦੇ ਉੱਪਰ ਆਪਣੀ ਸ਼ੋਪ ਪੈਂਦੀ ਆ। ਆਪਣੇ ਨਾਲ ਹੀ ਅੰਗਦ ਮਣਕੂ ਆਪਣਾ ਵੱਡਾ ਵੀਰ ਸਤਰੀਆਂ ਵਾਲਾ, ਜੋ ਕਿ ਬੰਪਰ ਸਤਰੀਆਂ ਵਿੱਚ ਬਹੁਤ ਮਸ਼ਹੂਰ ਨੇ ਕੁੱਪ ਕਲਾਂ ਦੇ, ਉਹਨਾਂ ਦੇ ਆਪਣੇ ਨਾਲ ਹੀ ਦੁਕਾਨ ਆ। ਠੀਕ ਹੈ ਜੀ। ਅਤੇ ਚਲੋ ਬਾਈ ਨੂੰ ਹੁਣ ਆਪਾਂ ਅਲਵਿਦਾ ਕਹਿੰਦੇ ਹਾਂ, ਅਤੇ ਬਾਈ ਦਾ ਬਹੁਤ ਧੰਨਵਾਦ, ਬਾਈ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਾਂ ਨੂੰ ਵੀਡੀਓ ਬਣਾਉਣ ਦਿੱਤੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ 'ਤੇ ਆਏ ਉਹਦਾ ਜੀ ਆਇਆ। ਠੀਕ ਹੈ ਜੀ। ਅਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨਾ ਕੀ ਰੱਖਦੇ ਹਾਂ, ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਅਤੇ ਜਾਣ ਲੱਗੇ ਕਮੈਂਟ ਜ਼ਰੂਰ ਕਰਕੇ ਜਾਇਓ, ਅਤੇ ਜਾਂਦੇ ਜਾਂਦੇ ਲਾਈਕ ਵੀ ਕਰ ਜਿਓ ਯਾਰ। ਵੀਡੀਓ ਬਣਾਉਣ 'ਤੇ ਬਹੁਤ ਮਿਹਨਤ ਆਉਂਦੀ ਹੈਗੀ, ਘੱਟੋ ਘੱਟ ਸਾਨੂੰ 2-3 ਘੰਟੇ ਹੋ ਗਏ ਉਹਦੇ ਵੀਡੀਓ ਬਣਾਉਂਦੇ ਨੂੰ, ਅਤੇ ਤੁਹਾਡੇ ਲਈ ਵੀ ਕਰਨਾ ਪੈਂਦਾ ਇੰਨਾ ਕੁਛ। ਅਤੇ ਓਕੇ ਬਾਏ, ਨਵੇਂ ਵਲੌਗ ਦੇ ਵਿੱਚ ਮਿਲਦੇ ਹਾਂ, ਦੀ ਪਿਆਰ ਦਿੰਦੇ ਰਹੋ, ਸਪੋਰਟ ਕਰਦੇ ਰਹੋ।